ਤੇ ਹੁਣ ਦੇਖਦੇ ਹਾਂ ਇਸ ਵੇਲੇ ਦੇ ਬਿਲਕੁਲ ਤਾਜ਼ਾ ਪੋਲੀਟੀਕਲ ਬਿਆਨ। ਨਹੀਂ ਦੇਖੋ, ਨਵਜੋਤ ਸਿੰਘ ਸਿੱਧੂ ਦੇ ਬਿਆਨ ਦੇ ਵਿੱਚ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਗਲਤ ਕੁਛ ਨਹੀਂ ਹੈ। ਉਹਨਾਂ ਨੇ ਬਾਬੇ ਨਾਨਕ ਦੀ ਮਿਹਰ ਸਦਕਾ ਇਹ ਲਾਂਘਾ ਖੋਲਿਆ, ਉਹਦੇ ਲਈ ਕ੍ਰੈਡਿਟ ਹੈ ਜਿਹੜਾ ਉਹ ਪਾਕਿਸਤਾਨ ਸਰਕਾਰ ਨੂੰ ਵੀ ਜਾਂਦਾ, ਭਾਰਤ ਸਰਕਾਰ ਨੂੰ ਵੀ ਜਾਂਦਾ। ਇਹ ਸੁੱਖ ਸੁਨੇਹਾ, ਖੁਸ਼ੀ ਹੈ ਜਿਹੜੀ, ਖੁਸ਼ੀ ਦਾ ਸੁਨੇਹਾ ਇਹ ਨਵਜੋਤ ਸਿੰਘ ਸਿੱਧੂ ਲੈ ਕੇ ਆਏ ਸੀ, ਇਹਦਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹੜਾ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਨੇ ਵੀ ਨਿਭਾਇਆ। ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਸਾ ਕੁਲਦੀਪ ਸਿੰਘ ਵਡਾਲਾ ਹੋਣਾ ਦੀਆਂ ਅਤੇ ਉਹਨਾਂ ਵਰਗੇ ਲੱਖਾਂ ਕਰੋੜਾਂ ਨਾਨਕ ਨਾਮ ਲੇਵਾ ਸੰਗਤਾਂ ਨੇ ਜਿਹੜੀਆਂ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਨੇ ਉਹਨਾਂ ਨੇ। ਸੋ ਮੈਂ ਸਮਝਦਾ ਕਿ ਇਹਦੇ ਵਿੱਚ ਗਲਤ ਕੁਛ ਨਹੀਂ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਜਿਹੜੀ ਕਿਸੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੋਵੇ। ਉਹਨਾਂ ਨੇ ਕਿਹਾ ਕਿ ਭਾਰਤ ਦੇ ਉੱਪਰ ਇਹਸਾਨ ਕਰਤਾ, ਸਿੱਖਾਂ ਦੇ ਉੱਪਰ ਇਹਸਾਨ ਕਰਤਾ, ਤੁਹਾਡੇ ਤੇ ਇਹਸਾਨ ਹੋਇਆ ਜੀ ਕਰਕੇ? ਨਹੀਂ, ਮੈਂ ਮੰਨਦਾ ਮੇਰੇ 'ਤੇ ਆਸਾਨ ਹੋਇਆ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ। ਜਿਹੜੀ ਲੱਖਾਂ ਲੋਕ ਨੇ ਜਿਹੜੇ ਉਹ ਉਸ ਪਵਿੱਤਰ ਜਗ੍ਹਾ ਦੇ ਉੱਪਰ ਦਰਸ਼ਨ ਕਰਨ ਨੂੰ ਜਾਣਾ ਚਾਹੁੰਦੇ ਸੀਗੇ, ਜੇ ਸਪੋਜ਼ ਪਾਕਿਸਤਾਨ ਸਰਕਾਰ ਮੰਨਦੀ ਹੋਈ ਨਾ ਕਿ ਅਸੀਂ ਨਹੀਂ ਖੋਲ੍ਹਦੇ ਹੈਗੇ, 72 ਸਾਲਾਂ ਤੋਂ ਇਹੀ ਕੁਛ ਹੋ ਰਿਹਾ, ਨਹੀਂ ਮੰਨੇ ਹੈਗੇ, ਹੁਣ ਮੰਨ ਗਏ, 10 ਦਿਨਾਂ ਦੇ ਵਿੱਚ ਪੂਰਾ ਵੀ ਕਰ ਦਿੱਤਾ ਅਤੇ ਪੂਰਾ ਕਰ ਵੀ ਇਸ ਹਿਸਾਬ ਨਾਲ ਦਿੱਤਾ ਕੰਪਲੈਕਸ ਕਿ ਬੇਤਹਾਸ਼ਾ ਸੋਹਣਾ ਅਤੇ ਵਧੀਆ ਕੰਪਲੈਕਸ ਹੈ ਜਿਹੜਾ ਉਹਨਾਂ ਨੇ ਤਿਆਰ ਕੀਤਾ ਹੈ। ਤਾਂ ਮੈਂ ਐਡਾ ਅਹਿਸਾਨ ਫਰਾਮੋਸ਼ ਤਾਂ ਨਹੀਂ ਹੈਗਾ ਕਿ ਮੈਨੂੰ ਅਜਿਹੇ ਪਵਿੱਤਰ ਥਾਂ ਦੇ ਉੱਪਰ ਜਾ ਕੇ ਸਜਦਾ ਕਰਨ ਦਾ ਮੌਕਾ ਮਿਲਿਆ ਹੋਵੇ ਅਤੇ ਮੈਂ ਕਹਾਂ ਉਹਨਾਂ ਨੇ ਦਾ ਕੋਈ ਅਹਿਸਾਨ ਨਹੀਂ ਹੈਗਾ। ਜੇ ਨਾ ਲਾਓ ਕਰਦੇ ਤਾਂ ਫਿਰ ਵੀ ਤਾਂ ਬੈਠੀ ਸੀਗੇ ਨਾ। ਸੋ ਮੈਨੂੰ ਖੁਸ਼ੀ ਹੋਈ ਹੈ, ਮੈਂ ਮੰਨਦਾ ਅਹਿਸਾਨ ਮੰਦ ਸਭ ਤੋਂ ਪਹਿਲਾਂ ਬਾਬੇ ਨਾਨਕ ਦਾ ਮੈਂ, ਉਸ ਤੋਂ ਮਗਰੋਂ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਦਾ ਮੈਂ, ਉਸ ਤੋਂ ਮਗਰੋਂ ਜਿਨ੍ਹਾਂ ਲੋਕਾਂ ਨੇ ਅਰਦਾਸਾਂ ਕੀਤੀਆਂ ਨੇ ਜਾਂ ਜਿਹੜੇ ਲੋਕ ਉੱਧਰੋਂ ਸੁਨੇਹਾ ਲੈ ਕੇ ਆਏ ਨੇ ਕਿ ਇਹ ਲਾਂਘਾ ਖੁੱਲ੍ਹ ਰਿਹਾ, ਮੈਂ ਤਾਂ ਇਕੱਲੇ ਇਕੱਲੇ ਦਾ ਅਹਿਸਾਨ ਮੰਨਦਾ। ਮੈਨੂੰ ਤਾਂ ਐਟਲੀਸਟ ਆਪਣੀ ਉਮਰ ਦੇ ਵਿੱਚ ਮੈਨੂੰ ਤਾਂ ਅਜਿਹਾ ਐਕਸਪੀਰੀਅੰਸ ਕਿਤੇ ਜਾ ਕੇ ਹੋਇਆ ਨਹੀਂ ਜਿਹੜਾ ਬਾਬੇ ਨਾਨਕ ਦੀ ਉਸ ਪਵਿੱਤਰ ਧਰਤੀ ਦੇ ਉੱਪਰ ਜਾ ਕੇ ਹੋਇਆ। ਅਬ ਸਿੱਧੂ, ਮੈਂ ਤੁਹਾਨੂੰ ਦੱਸਿਆ ਨਾ ਜੀ, ਜਿਹੜਾ ਬੰਦਾ ਹੁਣ ਜੇ ਅਮਰਿੰਦਰ ਸਿੰਘ ਨਵਜੋਤ ਸਿੱਧੂ ਨੂੰ ਡਿਪਟੀ ਸੀ ਐਮ ਬਣਾ ਦਿੰਦਾ ਜਾਂ ਕੋਈ ਹੋਰ ਮਿਨਿਸਟਰੀ ਦੇ ਦਿੰਦਾ, ਉਹਨਾਂ ਦਾ ਆਪਸ 'ਚ ਪਿਆਰ ਆ ਜਿਹੜਾ ਉਹ ਮੁੜ ਜਾਣਾ ਸੀਗੇ। ਬਾਕੀ ਜਵਾਬ ਤਾਂ ਅਮਰਿੰਦਰ ਸਿੰਘ ਜੀ ਜਾਂ ਨਵਜੋਤ ਸਿੱਧੂ ਹੀ ਦੇ ਸਕਦੇ ਆ। ਸੋ ਮਤਲਬ ਪ੍ਰਸਤੀ ਕਹਿ ਲਓ ਤੁਸੀਂ ਵੀ, ਜੇ ਅਹੁਦੇ ਦੇਣ ਜਾਓ ਤਾਂ ਪਿਆਰ ਆ, ਜਿਹੜੀ ਪਾਰਟੀ ਅਹੁਦੇ ਨਾ ਦੇ ਤਾਂ ਉਹਨੂੰ ਫਿਰ ਦਿਲਕਾਲ ਨਹੀਂ ਸਕਦੇ। ਸੋ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ, ਔਰ ਲੋਕਾਂ ਦੀ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਜ਼ਰੂਰਤ ਸੀਗੀ, ਜਿਹੜਾ ਨਾਨਕ ਨਾਮ ਲੈ ਸਕਦਾ, ਮੈਂ ਇਹ ਨਹੀਂ ਕਹਿੰਦਾ ਸਿੱਖ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਹਨ ਜਿਹੜੇ ਸਮੁੱਚੀ ਮਾਨਵਤਾ ਵਾਸਤੇ ਸਾਂਝੇ। ਉੱਥੇ 18 ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਕੇ ਸਾਨੂੰ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਜਿਹੜੇ ਉਪਦੇਸ਼ ਦਿੱਤੇ ਆ। ਸੋ ਲੋਕਾਂ ਦੀ ਭਾਵਨਾਵਾਂ ਸੀਗੀਆਂ, ਉਹ ਕੋਰੀਡੋਰ ਜਿਹੜਾ ਖੁੱਲ੍ਹਿਆ ਹੈਗਾ। ਬਾਕੀ ਨਵਜੋਤ ਸਿੰਘ ਸਿੱਧੂ, ਮੈਂ ਤਾਂ ਉਹਨੂੰ ਕੋਈ ਸੀਰੀਅਸਲੀ ਲੈਂਦਾ ਨਹੀਂ, ਕਿਉਂਕਿ ਉਸ ਦੀ ਤਾਂ ਆਦਤ ਆ, ਜਦੋਂ ਬੀਜੇਪੀ ਸੀਗੇ ਉਹ ਨਰਿੰਦਰ ਮੋਦੀ ਨੂੰ ਬਹੁਤ ਵੱਡੀਆਂ ਗੱਲਾਂ ਕਰਦੇ ਸੀਗੇ, ਬੜਾ ਮਹਾਨ ਸਮਝਦੇ ਸੀਗੇ, ਦੇਸ਼ ਦਾ ਪੁੱਤਰ ਸਮਝਦੇ, ਬਹੁਤ ਕੁਛ ਬੋਲਦੇ ਸੀਗੇ। ਫਿਰ ਉਹ ਕਾਂਗਰਸ ਚਲੇ ਗਏ, ਫਿਰ ਉਹ ਸੋਨੀਆ ਗਾਂਧੀ ਨੂੰ ਆਪਣੀ ਮਾਂ ਕਹਿੰਦੇ ਸੀਗੇ, ਬੜਾ ਕੁਛ ਉਹਨਾਂ ਦੇ ਹੱਕ 'ਚ ਬੋਲਣ ਲੱਗ ਗਏ, ਅਮਰਿੰਦਰ ਸਿੰਘ ਨੂੰ ਕਿਹਾ ਕਿ ਮੇਰਾ ਬਾਪ ਆ, ਸਾਰੀਆਂ ਚੀਜ਼ਾਂ ਹੋ ਗਈਆਂ। ਨਾਲ ਹੀ ਫਿਰ ਜਦੋਂ ਉਹਦੇ ਮਿਨਿਸਟਰੀ ਚੇਂਜ ਕਰੀ ਤਾਂ ਹੁਣ ਅਮਰਿੰਦਰ ਸਿੰਘ ਵੀ ਬਾਪ ਦੀ ਥਾਂ 'ਤੇ ਮਾਸੜ ਲੱਗਣ ਲੱਗ ਗਿਆ। ਸੋ ਹੁਣ ਨਵਜੋਤ ਸਿੱਧੂ ਨੂੰ ਜੱਫੀ ਪਾਈ ਆ। ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਮਰਾਨ ਖਾਨ ਕਹਿ ਰਹੇ ਨੇ ਬਸ ਖੜੇ ਹੋਏ ਕਿ ਕਿੱਥੇ ਆ ਹਮਾਰਾ ਸਿੱਧੂ, ਕਹਾਂ ਹੈ ਹਮਾਰਾ ਸਿੱਧੂ। ਤੇ ਉਹਦੇ ਵਿੱਚ ਹਾਂਜੀ, ਇਮਰਾਨ ਖਾਨ ਦੇਖੋ, ਪਾਕਿਸਤਾਨ ਵੈਸੇ ਤਾਂ ਆਪਾਂ ਦੇਖ ਲਈਏ ਵੀ ਸਦਾ ਹੀ ਹਿੰਦੁਸਤਾਨ ਦੇ ਖਿਲਾਫ ਸਾਜ਼ਿਸ਼ਾਂ ਰਚਦਾ ਰਿਹਾ, ਕਦੇ ਪੰਜਾਬ ਨੂੰ ਤੋੜਨ ਦੀਆਂ, ਕਦੇ ਕਸ਼ਮੀਰ ਨੂੰ ਤੋੜਨ ਦੀਆਂ, ਕਦੇ ਬੰਬੇ ਅਟੈਕ ਹੋਏ, ਕਦੇ ਦੇਸ਼ 'ਚ ਅਟੈਕ ਹੋਏ, ਕਦੇ ਵੀ ਸਾਡਾ ਦੇਸ਼ ਆ ਜਿਹੜਾ ਮਿੱਤਰ ਬਣ ਕੇ ਨਹੀਂ ਉੱਭਰਿਆ। ਔਰ ਤੁਸੀਂ ਦੇਖੋ ਵੀ ਅਮਰਿੰਦਰ ਸਿੰਘ ਨੇ ਵੀ ਨਵਜੋਤ ਸਿੱਧੂ ਤੋਂ ਉਲਟ ਜਾ ਕੇ ਸ਼ੱਕ ਜ਼ਾਹਿਰ ਕਰਿਆ ਵੀ ਇਹ ਲਾਂਘਾ ਜਿਹੜਾ ਖੋਲ੍ਹਿਆ ਲੋਕਾਂ ਦੀ ਭਾਵਨਾਵਾਂ ਦੇ ਅਨੁਸਾਰ ਖੁੱਲ੍ਹਿਆ ਹੈਗਾ, ਪਰ ਪਾਕਿਸਤਾਨ ਇਹਨੂੰ ਗਲਤ ਇਸਤੇਮਾਲ ਵੀ ਕਰ ਸਕਦਾ ਹੈ, ਔਰ ਸਾਡੇ ਦੇਸ਼ ਨੂੰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਹਨੂੰ ਮਿਸਯੂਜ਼ ਵੀ ਕਰ ਸਕਦਾ। ਪਰ ਇਹ ਨਰਿੰਦਰ ਮੋਦੀ ਆ, ਜਿਹਨਾਂ ਦੀ ਸੋਚ ਆ, ਸਾਡੀਆਂ ਸੈਨਾਵਾਂ ਇਤਨੀਆਂ ਤਕੜੀਆਂ ਕਿ ਅਸੀਂ ਹਰ ਚੀਜ਼ ਦਾ ਜਵਾਬ ਦੇ ਸਕਦੇ ਹਾਂ ਪਾਕਿਸਤਾਨ ਨੂੰ। ਸੋ ਇਸ ਕਰਕੇ ਇਹ ਲਾਂਘਾ ਖੁੱਲ੍ਹਿਆ ਹੈਗਾ। ਮੈਂ ਸਮਝਦਾ ਕਿ ਨਵਜੋਤ ਸਿੱਧੂ ਨੂੰ ਇਮਰਾਨ ਖਾਨ ਦੀ ਉੱਥੇ ਜਾ ਕੇ ਜਿਹੜੀ ਸਿਫਤ ਕਰਨੀ ਔਰ ਹਿੰਦੁਸਤਾਨ ਨੂੰ ਨੀਵਾਂ ਦਿਖਾਉਣਾ, ਮੈਂ ਸਮਝਦਾ ਕਿ ਦੇਸ਼ ਵਿਰੋਧੀ ਕਾਰਵਾਈ ਆ, ਉਹਨੂੰ ਚਾਹੀਦਾ ਨਹੀਂ ਇਸ ਤਰ੍ਹਾਂ ਦੀ ਗੱਲਾਂ ਕਰਨੀਆਂ। ਇਹ ਸਾਰਿਆਂ ਦੇ ਉਪਰਾਲੇ ਸਦਕਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਲ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਸਦਕਾ ਇਹ ਲਾਂਘਾ ਜਿਹੜਾ ਉਹ ਖੁੱਲ੍ਹਿਆ ਹੈਗਾ। ਬਾਕੀ ਨਵਜੋਤ ਸਿੱਧੂ ਦੀ ਆਪਣੀ ਸੋਚ ਆ, ਉਹ ਆਪਣੇ ਦੇਸ਼ ਨੂੰ ਥੱਲੇ ਲਾ ਕੇ ਪਾਕਿਸਤਾਨ ਨੂੰ ਵੱਡਾ ਦਿਖਾਉਣਾ ਚਾਹੁੰਦਾ, ਮੈਂ ਸਮਝਦਾ ਕਿ ਦੇਸ਼ ਵਾਸਤੇ ਮਾੜੀ ਗੱਲ। ਐਂਬੂਲੈਂਸ ਜਿਹੜੀ ਡੋਨੇਟ ਕੀਤੀ ਆ,
ਇਹ ਚੀਜ਼ ਦੀ ਬੜੀ ਬਟਾਲਾ ਨਿਵਾਸੀਆਂ ਨੂੰ ਲੋੜ ਸੀਗੀ ਅਤੇ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਮੈਂ ਅਰਬਨ ਸਟੇਟ ਵਾਲਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਮੀਡੀਏਟਲੀ ਇਹ ਦੋ ਕਮਰੇ ਤਿਆਰ ਕਰਕੇ ਇਸ ਲੈਬੋਰਟਰੀ ਦੀ ਓਬਰਾਏ ਸਾਹਿਬ ਨੂੰ ਜਿਹੜੇ ਇਹਨਾਂ ਨੇ ਬੇਨਤੀ ਕੀਤੀ ਸੀ ਅਤੇ ਓਬਰਾਏ ਸਾਹਿਬ ਨੇ ਜਿਹੜੇ 25 ਲੱਖ ਰੁਪਈਆ ਲਾ ਕੇ ਇਸ ਲੈਬੋਰਟਰੀ ਨੂੰ ਔਰ ਐਂਬੂਲੈਂਸ ਨੂੰ ਜਿਹੜਾ ਇਹਨਾਂ ਨੇ ਇਹਨਾਂ ਨੂੰ ਡੋਨੇਟ ਕੀਤਾ ਔਰ ਨਾਲ ਹੀ ਡੋਨੇਟ ਇਕੱਲਾ ਨਹੀਂ ਕੀਤਾ ਕਿ ਡੋਨੇਸ਼ਨ ਤਾਂ ਆ ਜਾਂਦੀ ਹੈ, ਲੈਬੋਰਟਰੀਆਂ ਵੀ ਬਣ ਜਾਂਦੀਆਂ, ਐਂਬੂਲੈਂਸ ਵੀ ਆ ਜਾਂਦੀ ਹੈ। ਉਹਦੇ ਨਾਲ ਜਿਹੜਾ ਸਭ ਤੋਂ ਵੱਡਾ ਕੰਮ ਕੀਤਾ ਕਿ 4 ਨਾਲ ਟੈਕਨੀਸ਼ੀਅਨ ਵੀ ਦਿੱਤੇ ਨੇ ਕਿ ਉਹ ਲੋਕਾਂ ਦੇ ਜਿਹੜੀ ਸੈਂਪਲਿੰਗ ਕਰਨ ਅਤੇ ਉਹਨਾਂ ਦੇ ਟੈਸਟ ਕਰਨ। ਇਹ ਸਭ ਤੋਂ ਵੱਡੀ ਜਿਹੜੀ ਸੇਵਾ ਇਹਨੂੰ ਕਿਹਾ ਜਾ ਸਕਦਾ। ਔਰ ਮੈਂ ਜਿਹੜੀ ਇਹਨਾਂ ਦੀ ਓਬਰਾਏ ਸਾਹਿਬ ਦਾ ਜਿੱਥੇ ਜਿੱਥੇ ਦੇਖਿਆ, ਮੈਂ ਡੇਰਾ ਬਾਬਾ ਨਾਨਕ ਦੇਖਿਆ ਜਾਂ ਹੋਰਨਾਂ ਥਾਵਾਂ 'ਤੇ ਜਾ ਕੇ ਦੇਖਿਆ, ਇਹਨਾਂ ਦੇ ਨਾਲ ਜਾ ਕੇ ਦੇਖਿਆ, ਅਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਪੈਸਾ ਤਾਂ ਲੋਕਾਂ ਕੋਲ ਬਹੁਤ ਆ ਜਾਂਦਾ ਪਰ ਸੇਵਾ ਦਾ ਜਿਹੜਾ ਹੁੰਦਾ ਕਿ ਉਹ ਸੇਵਾ ਕਰਨ ਲਈ ਦਿਲ ਨਹੀਂ ਕਰਦਾ। ਇਹਨਾਂ ਦੇ ਵਿੱਚ ਜਿੱਥੇ ਵਾਹਿਗੁਰੂ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਅਤੇ ਨਾਲ ਹੀ ਸੇਵਾ ਦਾ ਵੀ ਇਹਨਾਂ ਨੂੰ ਹੁਕਮ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੇ ਸਿੰਘਾਸਨਾਂ ਗੁਰਪੁਰਬ ਨੂੰ ਸਮਰਪਿਤ ਇੱਕ ਫੈਸਲਾ ਕੀਤਾ ਗਿਆ ਸੀ ਕਿ ਇਸ ਗੁਰਪੁਰਬ 'ਤੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ 'ਚ ਅਸੀਂ 50 ਲੈਬੋਰਟਰੀਜ਼ ਜਿਹੜੀਆਂ ਉਹ ਖੋਲ੍ਹਾਂਗੇ, ਕਿਉਂਕਿ ਅੱਜ ਉਹਦੀ ਲੋੜ ਮਹਿਸੂਸ ਸੀ ਕਿ ਜਿਹੜਾ ਗਰੀਬ ਆਦਮੀ ਹੈ ਜਿਹੜਾ ਉਹ ਟੈਸਟ ਨਹੀਂ ਕਰਾ ਸਕਦਾ, ਟੈਸਟ ਬਹੁਤ ਮਹਿੰਗੇ ਹੋ ਚੁੱਕੇ ਆ। ਤਾਂ ਫਿਰ ਅਸੀਂ 30 ਲੈਬੋਰਟਰੀਆਂ ਜਿਹੜੀਆਂ ਖੋਲ੍ਹ ਰਹੇ ਹਾਂ ਪੰਜਾਬ ਦੇ ਵਿੱਚ, 6 ਹਿਮਾਚਲ 'ਚ, 6 ਹਰਿਆਣੇ 'ਚ ਅਤੇ 8 ਲੈਬੋਰਟਰੀਆਂ ਸਾਡੀਆਂ ਰਾਜਸਥਾਨ 'ਚ। ਰਾਜਸਥਾਨ ਸ਼੍ਰੀ ਗੰਗਾਨਗਰ ਆਲਰੇਡੀ ਸ਼ੁਰੂ ਹੋ ਚੁੱਕੀ ਹੈ, ਉੱਧਰੋਂ ਅਸੀਂ ਕਰੀਏ ਤਾਂ ਮੁਕਤਸਰ ਸਾਹਿਬ ਹੋ ਗਿਆ, ਫਰੀਦਕੋਟ ਹੋ ਗਿਆ, ਬਰਨਾਲਾ ਹੋ ਗਿਆ, ਮੋਗਾ ਹੋ ਗਿਆ, ਸੰਗਰੂਰ, ਪਟਿਆਲਾ, ਤਰਨ ਤਾਰਨ ਪੱਟੀ ਆਲਰੇਡੀ ਖੁੱਲ੍ਹ ਚੁੱਕੀਆਂ ਨੇ। ਸੋ ਅੱਜ ਬਟਾਲਾ ਵਿੱਚ ਸਾਡੇ ਬਹੁਤ ਸਤਿਕਾਰਯੋਗ ਰੰਧਾਵਾ ਸਾਹਿਬ ਨੇ ਉਦਘਾਟਨ ਕੀਤਾ ਲੈਬ ਦਾ, ਅਤੇ ਬਟਾਲਾ 'ਚ ਲੈਬ ਸ਼ੁਰੂ ਹੋ ਗਈ ਹੈ। ਅਤੇ ਕੱਲ੍ਹ ਸਾਡੀਆਂ ਜਿਹੜੀ ਲੈਬੋਰਟਰੀ ਹੈਗੀਆਂ ਅਤੇ ਸੁਲਤਾਨਪੁਰ ਲੋਧੀ ਅਤੇ ਸਿੱਧਵਾਂ ਡੋਨਾ ਕਪੂਰਥਲਾ ਡਿਸਟ੍ਰਿਕਟ ਵਿੱਚ, ਜਲੰਧਰ ਅਸੀਂ ਪਿਛਲੇ ਹਫ਼ਤੇ ਖੋਲ੍ਹ ਦਿੱਤੀ ਸੀ। ਸੋ ਟੋਟਲ ਸਾਡੀਆਂ 14 ਲੈਬੋਰਟਰੀ ਜਿਹੜੀਆਂ ਇਸ ਖੁੱਲ੍ਹ ਚੁੱਕੀਆਂ ਨੇ। ਔਰ ਮੈਂ ਉਮੀਦ ਕਰਦਾ ਕਿ ਸਾਡੀ ਦਸੰਬਰ ਤੱਕ ਸਾਡੀਆਂ ਤਕਰੀਬਨ 50 ਲੈਬੋਰਟਰੀ ਜਿਹੜੀਆਂ ਖੁੱਲ੍ਹ ਜਾਣਗੀਆਂ। ਜਿੱਥੇ ਲੈਬੋਰਟਰੀਆਂ ਖੋਲ੍ਹ ਰਹੇ ਹਾਂ ਉੱਥੇ ਹਰ ਜਗ੍ਹਾ 4-4 6-6 ਜਿਹੜੇ ਅਸੀਂ ਟੈਕਨੀਸ਼ੀਅਨ ਵੀ ਰੱਖ ਰਹੇ ਹਾਂ। ਔਰ ਗੁਰਦੁਆਰਾ ਸਾਹਿਬ ਦੀ ਕਮੇਟੀ ਪ੍ਰਧਾਨ ਜੀ ਦਾ ਅਤੇ ਸਾਡੇ ਸਰਬ ਦੇ ਭਲਾ ਚੈਰੀਟੇਬਲ ਟਰੱਸਟ ਦੇ ਜਿਹੜੇ ਮਸਾਰੂ ਸਾਹਿਬ ਦੇ ਪ੍ਰੈਜੀਡੈਂਟ ਨੇ, ਸੋ ਇਹਨਾਂ ਨੇ ਉਦੋਂ ਰਿਕੁਐਸਟ ਕੀਤੀ ਸੀ ਕਿ ਇੱਥੇ ਲੋੜ ਹੈ ਅਤੇ ਅਸੀਂ ਉਸੇ ਵੇਲੇ ਇਹਨੂੰ ਮੰਨ ਕੇ ਇਹ ਖੋਲ੍ਹੇਗੀ। ਨਾਲ ਨਾਲ ਇੱਕ ਐਂਬੂਲੈਂਸ ਦੀ ਵੀ ਇਹਨਾਂ ਨੂੰ ਲੋੜ ਮਹਿਸੂਸ ਹੋਈ ਸਾਨੂੰ, ਉਹ ਵੀ ਅਸੀਂ ਦੇ ਦਿੱਤੀ ਹੈ। ਕਿਸੇ ਵੀ ਇਹਨਾਂ ਨੇ ਬਿਲਡਿੰਗ ਸਾਨੂੰ ਤਿਆਰ ਕਰ ਦਿੱਤੀ ਹੈ, ਲੇਕਿਨ ਜਿੱਥੇ ਵੀ ਅਸੀਂ ਲੈਬੋਰਟਰੀ ਖੋਲ੍ਹਦੇ ਹਾਂ ਇਸ ਤੋਂ ਇਲਾਵਾ ਕੋਈ ਖਰਚਾ ਨਹੀਂ ਤੁਹਾਡਾ। ਜਿੰਨੀਆਂ ਕਿੱਟਸ ਵਗੈਰਾ ਲੱਗਣੀਆਂ ਸਾਰਾ ਰਨਿੰਗ ਐਕਸਪੈਂਸ ਜਿੰਨੇ ਉਹ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਨੇ ਕਰਨੇ ਨੇ, ਜਿਹੜੇ ਟੈਕਨੀਸ਼ੀਅਨ ਰੱਖ ਰਹੇ ਉਹਨਾਂ ਦੀ ਸੈਲਰੀ ਜਿਹੜੀਆਂ ਸਾਰੀਆਂ ਉਹ ਟਰੱਸਟ ਨੇ ਪੇ ਕਰਨੀਆਂ ਸਾਰੀਆਂ। ਸੋ ਇਸ ਤਰੀਕੇ ਨਾਲ ਅਸੀਂ ਹੋਰ ਵੀ ਲੈਬੋਰਟਰੀਜ਼ ਵੀ ਖੋਲ੍ਹਣੀਆਂ ਨੇ। ਡਾਇਲਸਿਸ ਦੀ ਗੱਲ ਕਰੀਏ ਤਾਂ ਬਟਾਲੇ ਵਿੱਚ ਅਸੀਂ ਆਲਰੇਡੀ ਅੱਜ ਤੋਂ ਕੋਈ 2-2.5 ਸਾਲ ਪਹਿਲਾਂ 3 ਯੂਨਿਟ ਡਾਇਲਸਿਸ ਲਗਾਏ ਸੀ ਜਿਹੜੇ ਚੱਲ ਰਹੇ ਆ। ਜਿਵੇਂ 550 ਸਾਲਾ ਮਨਾ ਰਹੇ ਗੁਰੂ ਨਾਨਕ ਦੇਵ ਜੀ ਦਾ, ਅਸੀਂ ਵੀ ਉਸ ਨਾਲ ਹੀ ਇਹਨੂੰ ਟੂਰਨਾਮੈਂਟ ਨੂੰ ਜੋੜਿਆ। ਪਹਿਲਾਂ ਇਹ ਅਸੀਂ ਕਰਨਾ ਸੀਗਾ 7 ਤੋਂ ਲੈ ਕੇ, ਫਿਰ ਅਸੀਂ 13 ਤੋਂ ਤਦ ਕੀਤਾ ਬਈ ਇਹ ਉਸ ਉਹਨਾਂ ਗੁਰੂ ਜੀ ਦੇ ਨਾਂ ਨਾਲ ਅਸੀਂ ਵੀ ਆਪਣਾ ਯੋਗਦਾਨ ਪਾਈਏ। ਇਸ ਦੇ ਵਿੱਚ ਉੱਚ ਕੋਟੀ ਦੀਆਂ 16 ਟੀਮਾਂ ਭਾਗ ਲੈ ਰਹੀਆਂ। ਕਿੰਨੀਆਂ ਸਟੇਟਾਂ ਦੀਆਂ ਟੀਮਾਂ ਆ ਰਹੀਆਂ ਨੇ? ਇਹਦੇ ਵਿੱਚ 8-9 ਸਟੇਟਾਂ ਦੇ ਪਾਰਟੀਸਪੈਂਟਸ ਹੈਗੇ ਆ, ਅਤੇ ਇਹ ਜਿਹੜੀਆਂ ਨੋਨ ਟੀਮਸ ਹੈਗੀਆਂ ਕੰਟਰੀ ਦੀਆਂ, ਉਹ ਇਹਦੇ ਵਿੱਚ ਭਾਗ ਲੈ ਰਹੀਆਂ। ਇਹਦੇ 'ਚ ਕੌਣ ਮੁੱਖ ਮਹਿਮਾਨ, ਕੌਣ ਕੌਣ ਆ ਰਹੇ ਵੱਡੀਆਂ ਸਪੈਸ਼ੀਲਿਟੀਆਂ? 13 ਤਰੀਕ ਨੂੰ ਮਾਣਯੋਗ ਕੇ ਪੀ ਰਾਣਾ ਜੀ ਸਪੀਕਰ ਪੰਜਾਬ ਵਿਧਾਨ ਸਭਾ ਦਾ ਉਦਘਾਟਨ ਕਰਨਗੇ। 17 ਤਰੀਕ ਨੂੰ ਮਾਣਯੋਗ ਚੰਨੀ ਜੀ ਇਸਦਾ ਇਨਾਮਾਂ ਦੀ ਵੰਡ ਕਰਨਗੇ। ਰਾਹੁਲ ਗਾਂਧੀ ਔਰ ਸੋਨੀਆ ਜੀ ਕੀ ਨੈਸ਼ਨਲ ਹੈਰਾਲਡ ਕਹਿਤੀ ਹੈ, ਕੈਨ ਗੋਡ ਰਿਸਾਈਡ ਇਨ ਅ ਟੈਂਪਲ ਬਿਲਡ ਬਾਈ ਫੋਰਸ, ਵਾਇਲੈਂਸ ਐਂਡ ਬਲੱਡਸ਼ੈਡ? ਕੈਨ ਪ੍ਰੇਅਰਸ ਬੀ ਐਵਰ ਐਡਰੈਸਡ ਇਨ ਸੱਚ ਅ ਟੈਂਪਲ ਈਵਨ ਇਫ ਗੋਡ ਡਸ ਨਾਟ ਡਿਸਾਈਡ ਟੂ ਰਿਸਾਈਡ ਦੇਅਰ? ਜੋ ਲੋਕ 10 ਜਨਪਥ ਮੇ ਰਿਸਾਈਡ ਕਰਤੇ ਹੈ, ਦੋਜ਼ ਰਿਸਾਈਡਿੰਗ ਇਨ 10 ਜਨਪਥ, ਦੋਜ਼ ਰਿਸਾਈਡਿੰਗ ਇਨ ਦੀ ਅਬੋਡ ਆਫ ਕੋਰਪਸ਼ਨ, ਲੁੱਕ ਐਟ ਦੇਅਰ ਟਵੀਟਸ, ਲੁੱਕ ਐਟ ਹਾਊ ਦੇਅਰ ਮਾਊਥ ਪੀਸ ਇਨ ਫੈਕਟ ਸਪੀਕਸ ਅਗੇਂਸਟ ਦ ਬਿਲੀਫ ਆਫ ਮਿਲੀਅਨਸ ਆਫ ਪੀਪਲ ਇਨ ਦਿਸ ਕੰਟਰੀ, ਇਟ ਸਪੀਕਸ ਅਗੇਂਸਟ ਵਟ ਦ ਸੁਪਰੀਮ ਕੋਰਟ ਆਫ ਇੰਡੀਆ ਹੈਜ਼ ਸੈਡ। ਆਗੇ ਇਹ ਕਹਿਤੀ ਹੈ, ਦ ਸੁਪਰੀਮ ਕੋਰਟ ਆਫ ਇੰਡੀਆ ਹੈਜ਼ ਰੂਲਡ ਐਗਜੈਕਟਲੀ ਵਟ ਦ ਵਿਸ਼ਵ ਹਿੰਦੂ ਪਰਿਸ਼ਦ ਐਂਡ ਦ ਬੀਜੇਪੀ ਵਾਂਟਡ ਫਰੋਮ ਦ ਬਿਗਿਨਿੰਗ। ਧਿਕਾਰ ਯੋਗ ਬਹੁਤ ਸਾਰੇ ਐਸੇ ਟਵੀਟ ਹੈ, ਮੈਂ ਇਸਕੋ ਬਾਰ ਬਾਰ ਪੜਨਾ ਨਹੀਂ ਚਾਹਤਾ ਹੂੰ, ਕਿੰਤੂ ਇੱਕ ਬਾਤ ਸਪਸ਼ਟ ਹੈ, ਚਾਹੇ ਨਵਜੋਤ ਸਿੰਘ ਸਿੱਧੂ ਹੋ, ਚਾਹੇ ਨੈਸ਼ਨਲ ਹੈਰਾਲਡ, ਬਾਰ ਬਾਰ ਕਾਂਗਰਸ ਪਾਰਟੀ ਹਿੰਦੁਸਤਾਨ ਕੇ ਖਿਲਾਫ ਔਰ ਕਹੀਂ ਨਾ ਕਹੀਂ ਪਾਕਿਸਤਾਨ ਕੇ ਪਕਸ਼ ਮੇ ਬੋਲਤੇ ਹੋਏ ਨਜ਼ਰ ਆ ਰਹੀ ਹੈ। ਇਹ ਆਪਣੇ ਆਪ ਮੇ ਬਹੁਤ ਚਿੰਤਾਜਨਕ ਵਿਸ਼ਾ ਹੈ, ਧਿਕਾਰ ਯੋਗ ਹੈ।
हम चाहते हैं और हम ये डिमांड करते हैं कि सोनिया जी जो आज कांग्रेस पार्टी की अध्यक्षा है वो इसके लिए क्षमा मांगे. शी शुड अपोलोजाइज बिकॉज नेशनल हेराल्ड इज हेडेड बाय देम द फैमिली एंड नवजोत सिंह सिद्धू इज अ लेजिस्लेटर फ्रॉम द कांग्रेस पार्टी. नवजोत सिंह सिद्धू की किसी गल में वो एक पाकिस्तान का बुलारा है, स्पोक्स पर्सन है. मैं आई डोंट इवन विश टू कमेंट ऑन सच ए पर्सन.